सवाल आओ तो पंथ का कभी भी साथ नहीं दे सकते जिन्होंने अज तक पंथ के नाल गद्दारी की जिन्होंने अज तक पंथ नूं वरतिया है नौजवानों नूं वरतिया वो किस तरह पंथ का साथ दे सकते ने चाहे सानू जो मर्जी कहन धर्म दा ठेकेदार कोई नहीं है सब सेवादार है असी एक बेनती करनी सी भी नौजवान तुहाडे तो खफा है बरगाड़ी मोर्चे नू लैके बैबल कला वाले कांड नू लैके जे उत्थे संत समाज इकट्ठा हो सकदा है उत्थे संत समाज दा वखरेवा बाद विच पिया ते अज इत्थे क्यों नहीं तुसी इकट्ठे हो सकदे सानू जो यंगस्टर्स नू या जो नौजवानी नू सिख नौजवानी नू तुहाडे ते रोस है तुसी उहदे वास्ते की कहना है ते सानू धक्के मार के की उहनां दा फर्ज नहीं बनदा सी सानू दसण दा भी नौजवानों जे तुहाडे मन च कोई गुस्सा है असी किहा है पत्रकारां नू बाद च पहला गल कर लो बाद च साडी संगत नाल गल कर लियो नहीं कीती गई क्यों ਇਹ ਕਿਉਂ ਦੇਖੋ ਜੀ ਸੇਵਾਦਾਰ ਹੋ ਜਥੇਦਾਰ ਹੋ ਤਾਂ ਸਾਨੂੰ ਕਿਉਂ ਨਹੀਂ ਜਵਾਬ ਦਿੱਤਾ ਗਿਆ ਇੱਕ ਸਵਾਲ ਬਾਅਦ ਇੱਕ ਗੱਲ ਸੁਣ ਲਿਓ ਹੁਣ ਸ਼੍ਰੋਮਣੀ ਕਮੇਟੀ ਜਾਂ ਸਿੱਖਾਂ ਦੀ ਸਰਮੌਰ ਸੰਸਥਾ ਅਕਾਲ ਤਖਤ ਸਾਹਿਬ ਨੂੰ ਕੱਲਾ ਕੱਲਾ ਸਿੱਖ ਸਮਰਪਿਤ ਆ ਇਹਨਾਂ ਨੇ ਸ਼੍ਰੋਮਣੀ ਕਮੇਟੀ ਦੇ ਹੋ ਸਕਦਾ ਕਿ ਬੰਦੇ ਦੱਲੇ ਬੈਠੇ ਹੋਣ ਦਲਾਲ ਬੈਠੇ ਹੋਣ ਪਰ ਇਹਨਾਂ ਦਾ ਕਿੱਥੋਂ ਆਖਿਆ ਕਿ ਸ਼੍ਰੋਮਣੀ ਕਮੇਟੀ ਨੂੰ ਦੋ ਫੜ ਕਰ ਦੇਣ ਇਹਨਾਂ ਨੇ ਦੋ ਫੜ ਕਰਤੀ ਹੁਣ ਅਕਾਲ ਤਖਤ ਸਾਹਿਬ ਨੂੰ ਜਿਹੜੇ ਸਿੱਖ ਸਮਰਪਿਤ ਇਹਨਾਂ ਦੋਵਾਂ ਹਿੱਸੇ 'ਚ ਵੰਡਤੇ ਸਾਡੀ ਸਰਮੌਰ ਸੰਸਥਾ ਅਕਾਲ ਜਿਹੜੀ ਸਾਡੀ ਸਿੱਖਾਂ ਦੀ ਸੁਪਰੀਮ ਕੋਰਟ ਆ ਅਕਾਲ ਤਖਤ ਸਾਹਿਬ ਆ ਸੁਪਰੀਮ ਕੋਰਟ ਦਾ ਕੀ ਆ ਕਿ ਇਹਨਾਂ ਨੇ ਉੱਥੇ ਕੇਸ ਲਾ ਕੇ ਤੇ ਇੱਕ ਹਰਿਆਣਾ ਵੱਖਰਾ ਬਣਾਤਾ ਪੰਜਾਬ ਵੱਖਰਾ ਬਣਾਤਾ ਅਸੀਂ ਉੱਥੋਂ ਦੇ ਬੰਦੇ ਬਦਲ ਸਕਦੇ ਹਾਂ ਕੁਰਸੀਆਂ ਵਾਲੇ ਬਦਲ ਸਕਦੇ ਹਾਂ ਜਥੇਦਾਰ ਬਦਲ ਸਕਦੇ ਹਾਂ ਪਰ ਸ਼੍ਰੋਮਣੀ ਕਮੇਟੀ ਨੂੰ ਦੋ ਫੜ ਨਹੀਂ ਕਰ ਸਕਦੇ ਕੀ ਕੀਤਾ ਇਹਨਾਂ ਨੇ ਅੱਜ ਤੱਕ ਕੌਮ ਦਾ ਦੱਸਣ ਤੇ ਨਹੀਂ ਕਿਉਂ ਜਥੇਦਾਰ ਬਣੇ ਅਕਾਲ ਤਖਤ ਸਾਹਿਬ ਮੋਰਚੇ ਵਿੱਚ ਨੂੰ ਫਿਰ ਰਹੇ ਆ ਅਸੀਂ ਉਹਦੇ ਨਾਂ ਤੇ ਅਸੀਂ ਵਖਰੇਵੇਂ ਪਾ ਲਏ ਆ ਉਹਦੇ ਨਾਂ ਤੇ ਵਖਰੇਵੇਂ ਪਾ ਲਏ ਆ ਇੱਕ ਮਿੰਟ ਹੁਣ ਇੱਥੇ ਗੱਲ ਹੋਰ ਹੋਵੇਗੀ ਜਦੋਂ ਦਿੱਲੀ ਸਟੇਜ ਤੇ ਦੀਪ ਸਿੱਧੂ ਗਿਆ ਸੀ ਕੌਮੀ ਸ਼ਹੀਦ ਦੀਪ ਸਿੱਧੂ ਜਦੋਂ ਦਿੱਲੀ ਸਟੇਜ ਤੇ ਗਿਆ ਉਹਨੇ ਉਹਨਾਂ ਨੂੰ ਸਵਾਲ ਕੀਤੇ ਜਿਨ੍ਹਾਂ ਨੇ ਪੰਥ ਦੇ ਨਾਲ ਦਗਾ ਕੀਤਾ ਸੀ ਉਹਨਾਂ ਨੂੰ ਸਵਾਲ ਕੀਤੇ ਅੱਜ ਇਹ ਨਾ ਹੋਵੇ ਸਾਡੇ ਤੇ ਵੀ ਟੈਗ ਲਾਇਆ ਜਾਵੇ ਵੀ ਇਹ ਸਰਕਾਰ ਦੇ ਛੱਡੇ ਹੋਏ ਬੰਦੇ ਆ ਦਿਲੋਂ ਤੁਰੇ ਆ ਪੰਥ ਦਾ ਦਰਦ ਹੈ ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਅੰਗਾਂ ਦਾ ਖਿਲਰਿਆਂ ਦਾ ਦਰਦ ਹੈ ਐਵੇਂ ਨਹੀਂ ਅਸੀਂ ਇੱਥੇ ਤੁਰੇ ਫਿਰਦੇ ਅਸੀਂ ਸਰਕਾਰ ਦੇ ਆਉਂਦੇ ਆ ਇਹਨਾਂ ਨੇ ਦੀਪ ਸਿੱਧੂ ਨੂੰ ਵੀ ਭੰਡ ਦਿੱਤਾ ਸੀ ਉਸ ਮੋਰਚੇ ਦੇ ਵਿੱਚ ਅਸੀਂ ਦਰਦ ਰੱਖਦੇ ਆ ਕੌਮ ਦਾ ਕਿ ਥੱਲੇ ਵੀ ਕੋਈ ਬੈਠਾ ਹੋਵੇ ਸਵਾਲ ਪੁੱਛਣ ਵਾਲਾ ਅਸੀਂ ਸਵਾਲ ਪੁੱਛਿਆ ਸਾਡੇ ਸਵਾਲਾਂ ਨੂੰ ਭੱਜੇ ਹੀ ਨਹੀਂ ਅਸੀਂ ਇਹ ਗੱਲ ਸੋਚਦੇ ਸੀ ਜੋ ਸਾਡੇ ਨਾਲ ਵਿਤਕਰਾ ਕੀਤਾ ਇਹਨਾਂ ਨੇ ਕਿ ਅਸੀਂ ਇੱਥੋਂ ਜਾਣਾ ਚਾਹੀਦਾ ਸਾਨੂੰ ਕਿ ਨਹੀਂ ਪਰ ਨਹੀਂ ਅਸੀਂ ਇੱਥੇ ਹੀ ਡਟਾਂਗੇ ਅਸੀਂ ਨਹੀਂ ਜਾਂਦੇ ਜੇ ਕੋਈ ਗੱਦਾਰ ਆਊਗਾ ਇੱਥੇ ਅਸੀਂ ਸਵਾਲ ਪੁੱਛਾਂਗੇ ਜੇ ਨਹੀਂ ਸਾਡਾ ਸਪਸ਼ਟੀਕਰਨ ਦਵੇ ਮੀਡੀਆ ਮੀਡੀਆ ਰਹੀ ਅਪੀਲ ਕਰਦੇ ਮੀਡੀਆ ਰਹੀ ਕਿ ਜਿਹੜਾ ਇੱਥੇ ਪੰਥਕ ਮੋਰਚੇ ਤੇ ਆਉਂਦਾ ਜਜ਼ਬਾ ਲੈ ਕੇ ਆਵੇ ਕੋਈ ਸਰਕਾਰਾਂ ਦਾ ਕੋਈ ਬੰਦਾ ਇੱਥੇ ਕੋਈ ਜਿਹੜਾ ਸਰਕਾਰਾਂ ਦਾ ਦੱਲਾ ਨਾ ਹੋਵੇ ਕਿ ਜਿੱਧਰ ਦੀ ਹਵਾ ਵਗਦੀ ਉੱਧਰ ਨੂੰ ਜਿਹੜਾ ਰਿੜਨ ਵਾਲਾ ਬੰਦਾ ਉਹ ਨਾ ਆਵੇ ਜਿਹੜਾ ਕੌਮ ਦੇ ਲਈ ਹਵਾਵਾਂ ਤੋਂ ਉਲਟ ਚੱਲਣ ਵਾਲਾ ਬੰਦਾ ਇੱਥੇ ਆਵੇ ਨਹੀਂ ਜਿੱਦਾਂ ਹੀ ਸਵਾਲ ਹੋਣਗੇ ਉੱਤੇ ਜੇ ਕੋਈ ਜਿੱਡੇ ਵੀ ਸਾਡੇ ਸਵਾਲ ਹੀ ਕੋਈ ਨਜਾਇਜ਼ ਸਵਾਲ ਨਹੀਂ ਭਲਕ ਨੂੰ ਸਾਨੂੰ ਗਦਾਰ ਕਹਿਣਗੇ ਸਰਕਾਰੀ ਬੰਦੇ ਕਹਿਣਗੇ ਸਾਰੇ ਜਾਇਜ਼ ਸਵਾਲ ਹੈ ਜਿੰਨੇ ਸਵਾਲ ਕੀਤੇ ਆ ਸਾਡੇ ਸਵਾਲਾਂ ਦੇ ਜਵਾਬ ਦੇਣ ਕਿਉਂਕਿ ਸੰਗਤ ਦੇ ਸਵਾਲ ਹੈ ਸਾਡੇ ਇਕੱਲਿਆਂ ਦੇ ਸਵਾਲ ਨਹੀਂ ਇਹਨਾਂ ਸਵਾਲਾਂ ਦੇ ਜਵਾਬ ਦੇ ਦੇਣ ਕੇ ਜਿਹੜੇ ਸਵਾਲ ਅਸੀਂ ਕੀਤੇ ਆ ਕਿ ਇਹ ਕਿਤੇ ਇਹ ਕੌਮ ਤੋਂ ਨਹੀਂ ਮੁਕਤੇ ਅੱਜ ਤੱਕ ਕੌਮ ਤੋਂ ਮੇਰੇ ਸਵਾਲ ਲੈ ਲਓ ਹਾਂਜੀ ਤੁਸੀਂ ਤੁਹਾਡੀ ਗੱਲ ਵੀ ਠੀਕ ਆ ਪਰ ਪੰਥ ਪ੍ਰਥਮ ਆ 18ਵੀਂ ਸਦੀ ਦੀ ਗੱਲ ਕਰ ਲਈਏ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀ ਵਖਰੇਵੇਂ ਉਦੋਂ ਵੀ ਸੀਗੇ ਮਿਸਲਾਂ ਦੇ ਵਿੱਚ ਸੰਪਰਦਾਵਾਂ ਦੇ ਵਿੱਚ ਪਰ ਜਦੋਂ ਪੰਥ ਤੇ ਗੱਲ ਆਉਂਦੀ ਸੀ ਸਾਰੇ ਇਕੱਠੇ ਹੁੰਦੇ ਸੀ ਜੇ ਅੱਜ ਇਕੱਠੇ ਹੋ ਰਹੇ ਤਾਂ ਪ੍ਰੋਬਲਮ ਕੀ ਹੈ ਦੇਖੋ ਜੀ ਅਸੀਂ ਇਕੱਠੇ ਹੋਣ ਤੋਂ ਨਹੀਂ ਰੋਕਿਆ ਕਿਹਾ ਵਿਚਾਰ ਗੋਸ਼ਟ ਕਰੋ ਸਾਡੇ ਜਵਾਬ ਦਿਓ ਤੁਸੀਂ ਤੁਹਾਡੀ ਸਰਕਾਰ ਦੇ ਨਾਲ ਨੇੜਤਾ ਵਾ ਇਕੱਠੇ ਕਿੱਦਾਂ ਵਾ ਗੁਰੂ ਨਾਨਕ ਪਾਤਸ਼ਾਹ ਸਿੱਧਾ ਨਾਲ ਗੋਸ਼ਟ ਕੀਤੀ ਜਾ ਕੇ ਜਿਹੜੇ ਗੋਸ਼ਟੀ ਆ ਸ਼ੁਰੂ ਤੋਂ ਸਾਡੇ ਇਤਿਹਾਸ ਦੇ ਵਿੱਚ ਪਿਆ ਸਾਡੇ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਪਿਆ ਅਸੀਂ ਕਿਹਾ ਕਿ ਵਿਚਾਰ ਸਾਡੇ ਸਵਾਲਾਂ ਦੇ ਜਵਾਬ ਦਿਓ ਸੰਗਤ ਦੇ ਜਵਾਬ ਦਿਓ ਉਹ ਭੱਜੇ ਕਿਉਂ ਆ ਇਕੱਠੇ ਤੇ ਉਹ ਨਹੀਂ ਹੋਣਾ ਚਾਹੁੰਦੇ ਪਿਓ ਦੇ ਦੋ ਪੁੱਤ ਹੋਣ ਨਾ ਗੱਲ ਸੁਣਿਆ ਜੇ ਤੁਹਾਡੀ ਗੱਲ ਦਾ ਜਵਾਬ ਮੈਂ ਦਿੰਦਾ ਇੱਕ ਪਿਓ ਦੇ ਦੋ ਪੁੱਤ ਹੋਣ
एक का मूँह इधर न हो दूजे का इधर न जे प्यो की दाड़ी घरे आके कोई हाथ पावे ना दोनों पुत्र पता की कहेंगे जो मर्जी है साडा प्यो है बचा लो पाड़ देंगे पर अज सिख पंथ च की होंगे मूँह दोनों के अड्डा अड्डा प्यो दियाद भी होंगे पैसा इकट्ठा होंगे ये की मतलब होया जे असीं ते गल कर रहे हैं साडी गल दा जवाब देना बनता सी कि नहीं तुसीं दसो तुसीं साडी गल दा जवाब देना बनता कि नहीं पहले मोर्चे नहीं बकाए सरकार सरकारां दे अख च नहीं भुगते जिहड़ा पत्रकार सारे दस दो कोई दस दो नहीं भुगते ते तुसीं दस दो साडा सवाल बिल्कुल श्री अकाल तख्त साहिब जिंदाबाद जिंदाबाद गल्लां ते रिहाइयां होईयां पर जिहड़े सिंघां दा कानूनी हक बनता कि वह सजावां पूरियां कर चुके पर अज भी भारत दीआं जेलां च नज़रबंद है उन्हां दीआं रिहाइयां दे वास्ते एक कौमी इंसाफ मोर्चा गुरद्वारा अंब साहब मोहाली तो 7 जनवरी नूं आरंभ हो के ये चंडीगढ़ दी धरती ते लग्या होया और मैं केंद्र सरकार नूं अपील करनी चाहुंदा कि जिहड़े सजावां पूरियां कर चुके साडे बंदी सिंघ आ उन्हां नूं रिहा कीता जावे प्रगाड़ी बेअदबी कांड के दोषियों पंजाब सरकार तुरंत सज़ा दे नहीं तो आ जिहड़े हज़ारां सिख कदों लखां च तब्दील होणगे ये सरकारां तो झले नहीं जाने कौमी इंसाफ मोर्चा जिहड़ा ये बेअदबी दे इंसाफ ते बंदी सिंघां दी रिहाई दे वास्ते लग्या और मैं अपील करदा समुची सिख कौम नूं चाहे वह पंजाब हरियाणा राजस्थान यूपी उत्तराखंड चाहे विदेशों के अंदर कितें भी वसदे आ जो भी समा कढ़ सकदे अपना कौमी फर्ज समझते हुए इस कौमी इंसाफ मोर्चे दे विच शमूलीयत की जाए ता कि साडे बरगाड़ी बेअदबी कांड दा जिहड़ा पूरा इंसाफ होवे ते बंदी सिंह जिहड़े आ रिहा होण अज असीं इस मोर्चे नूं समर्थन दिता बहुत सारे संत महापुरख प्रचारक और हरियाणा सिख गुरद्वारा प्रबंधक कमेटी के मौजूदा तो पुराने मैंबर साहबान अहदेदार मेरे नाल इत्थे पुजे आ सो मैं सारिआं दा दिल दीआं गहराइआं चों धन्नवाद करदा और संगतां नूं अपील करदा कि वहीरां घत के इस कौमी इंसाफ मोर्चे दे विच सारिआं संगतां अपनी बरगाड़ी मोर्चे च हुण वी सुखदार सिंह बैठे ने तुसीं आ गए पर ओह बैठे ने देखो मैं बेनती करनी चाहुंदा कि अज इत्थे मैनूं पता लगा कि जिहड़ा सराबे मोर्चा लगा सी जां बापू हसनपुर जिहड़े बापू सूरत सिंह जी उन्होंने भी कल अपनी भुख हड़ताल तोड़ के इस मोर्चे च शामिल होने का ऐलान किया मैं भी अपील करदा कि सारे जिवें हाथी की पैड़ च साड़ियां पैड़ा आ जांदियां सो समुची कौम का एक कौमी इंसाफ मोर्चा जिहड़ा इत्थे लग चुका तो सारिआं नूं इस मोर्चे च शमूलीयत हो के कौम नूं इकट्ठे तौर पर जिहड़ी अपनी मंग जिहड़ी आ ओह उठाउणी चाहीदी आ साहब हाले तक किसी भी सरकार ना सूबा सरकार ना सेंटर सरकार का बयान नहीं आया सारे चुप बैठे इन्ने दिन हो गया मोर्चा लगे ये जिहड़े मोर्चा संचालन कर रहे वीर आ उन्हां नाल किसी ने गलबात की नहीं की वह दस सकते हैं पर मैं पंजाब सरकार ते केंद्र सरकार नूं कहना चाहुंदा कि जिस तरह सिंघू बॉर्डर कुंडली बॉर्डर ते मोर्चा चलिया सी इसे तरह ये चंडीगढ़ की धरती ते मोर्चा चलेगा जेकर तुसीं इस वल ध्यान ना दिता जल्दी तो जल्दी इधर ध्यान दिता जाए और ये साडा कौमी हक बनता वा असी कोई भीख नहीं मंगते जिहड़े सजावां पूरियां कर चुके आ जे राजीव गांधी के जेडे आ मर्डर कांड के वह रिहा हो सकते हैं तो साडे बंदी सिंह जेडे रिहा क्यों नहीं किए जा रहे उन्होंने भी रिहा करना केंद्र सरकार का नाले उन्होंने ऐलान किया 550 साल श्री गुरु नानक देव महाराज जी के गुरपुरब तो इस करके उन्होंने तुरंत जोड़ा है रिहा करना चाहिए जथेदार जी संगत के सवाल आ संगत के सवाल आ कि ताड़ी सरकार के नाल अज भी नेड़ता बड़े पुराने समय तो नेड़ता रही आ तुसीं हुण तक बंदी सिंघां दे लई की क्यों नहीं आवाज़ चुकी जां की कीता जां हुण अगे फिर की करोगे कि ताड़ी खट्टर दे नाल जां बीजेपी दे नाल नेड़ता है तुसीं की करोगे हरियाणा सिख गुरद्वारा प्रबंधक कमेटी का मुख सेवादार होंदे आ हरियाणा कमेटी की एग्जैक्टिव च मता पास करके मुख्यमंत्री हरियाणा मनोहर लाल खट्टर नूं असी दिता सी कि उह केंद्र नाल गल करन साडे बंदी सिंघां दी रिहाई वास्ते और प्रधानमंत्री नरेंद्र मोदी नूं बकायदा मैं एक चिट्ठी लिख के भी जिहड़ा सीगा प्रधानमंत्री तों मंग कीती सी जो असी लिखती तौर पर कर सकते सी उह लिखती तौर पर कीता जो असी मोर्चे दे राही कर सकते हैं मोर्चे दे राही कर रहे हैं और साडी किसे ना दूरी होवे चाहे नेड़ता होवे जिथे कौम दी गल आ पंथ दी गल आ उथे कौम लई पंथ लई इंसाफ वास्ते हर लड़ाई हर फ्रंट ते लड़दे रहांगे जथेदार जी होर पुछणी सी कि 2015 या 16 दे विच बैबल गला गोलीकांड दे विच आपां सारे जणे संत समाज इकट्ठा होया उत्थे शमूलीयत कीती सारे जणे इकट्ठे होए दोषियां नूं सज़ा दिवाउण वास्ते उस तो बाद आपां बरगाड़ी कांड दे विच इकट्ठे होंदे आ आ दोनों कांडां दे विच सानूं इह लगदा उत्थे सॉरी माफ करियो जे मैं कोई गलत बोलदा तां सानूं इह लगदा सीगा वी सिख पंथ इकट्ठा होया संत समाज इकट्ठा होया सानूं किते ना किते इंसाफ मिलेगा
ਇਹ ਗੱਲ ਤੁਸੀਂ ਵੀ ਮੰਨਦੇ ਹੋ ਕਿ ਉੱਥੇ ਵੀ ਤੁਸੀਂ ਸ਼ਮੂਲੀਅਤ ਕੀਤੀ ਸੀ। ਹੁਣ ਤੁਸੀਂ ਇੱਥੇ ਆਪਦਾ ਸਪਸ਼ਟੀਕਰਨ ਕੀ ਦਿਓਗੇ ਕਿ ਸਾਨੂੰ ਅੱਜ ਸਾਰੇ ਸੰਤ ਸਮਾਜ ਨੂੰ ਜਾਂ ਸਾਡੇ ਕਿਤੇ ਵੀ ਵਖਰੇਵੇਂ ਨੇ, ਚਾਹੇ ਉਹ ਬਰਗਾੜੀ ਕਾਂਡ ਨੂੰ ਲੈ ਕੇ ਚਾਹੇ ਉਹ ਆਪਸੀ ਵਖਰੇਵੇਂ ਨੇ, ਕਿ ਅਸੀਂ ਇਕੱਠੇ ਹੋਵਾਂਗੇ ਕਿ ਤੁਸੀਂ ਇਹ ਸਾਰੇ ਸੰਤ ਸਮਾਜ ਨੂੰ ਕਹੋਗੇ ਕਿ ਰੋਜ਼ ਰੋਜ਼ ਨਾਲੋਂ ਅੱਡ ਅੱਡ ਆਉਣ ਨਾਲੋਂ ਅਸੀਂ ਸਾਰੇ ਜਣੇ ਇੱਕੋ ਜਿਹਾ ਇੱਕੋ ਦਿਨ ਇਕੱਠੇ ਹੋ ਕੇ ਕੋਈ ਵਿਚਾਰ ਕਰੀਏ, ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਬਿਲਕੁਲ ਬਹੁਤ ਵਧੀਆ ਤੁਸੀਂ ਸਵਾਲ ਕੀਤਾ ਵਾ। ਮੈਂ ਇਹੀ ਬੇਨਤੀ ਕਰਨ ਵਾਸਤੇ ਇੱਥੇ ਪਹੁੰਚਿਆ ਕਿ ਸਾਰੇ ਵਹੀਰਾ ਘੱਤ ਕੇ ਇਸ ਕੌਮੀ ਇਨਸਾਫ ਮੋਰਚੇ ਦਾ ਆਪਾਂ ਸਮਰਥਨ ਕਰੀਏ। ਆਪਸੀ ਵਖਰੇਵੇਂ ਹੋ ਸਕਦੇ ਆ, ਉਹਨਾਂ ਨੂੰ ਪਾਸੇ ਰੱਖ ਕੇ ਜਿਹੜਾ ਕੌਮੀ ਇਨਸਾਫ ਮੋਰਚਾ ਇੱਥੇ ਸਾਡੇ ਲਈ ਜਿਹੜੀ ਕੌਮੀ ਮੰਗ ਆ ਉਹਦੇ ਲਈ ਕੋਈ ਵਖਰੇਵਾਂ ਨਹੀਂ ਆ, ਕੋਈ ਗਿਲਾ ਸ਼ਿਕਵਾ ਨਹੀਂ ਆ। ਉਹਦੇ ਵਾਸਤੇ ਸਾਰੇ ਸੰਤ ਮਹਾਂਪੁਰਖ ਸੰਪਰਦਾਵਾਂ ਟਕਸਾਲਾਂ ਉਹ ਵਹੀਰਾਂ ਘੱਤ ਕੇ ਇਸ ਕੌਮੀ ਇਨਸਾਫ ਮੋਰਚੇ ਦਾ ਜਵਾਬ ਦਿਓ। ਅੱਜ ਮੈਂ ਵੀ ਇਸ ਕੌਮੀ ਇਨਸਾਫ ਮੋਰਚੇ ਨੂੰ ਕਾਫਲਾ ਲੈ ਕੇ ਸੰਤ ਮਹਾਂਪੁਰਸ਼ਾਂ ਦਾ, ਹਰਿਆਣਾ ਕਮੇਟੀ ਦੇ ਮੈਂਬਰ ਸਾਹਿਬਾਨਾਂ ਦਾ, ਸੰਗਤਾਂ ਦਾ ਤਾਂ ਹੀ ਪੁੱਜਿਆ, ਅਤੇ ਸਾਰਿਆਂ ਨੂੰ ਅਪੀਲ ਕਰਦਾ ਕਿ ਉਹ ਆਪਣਾ ਕੌਮੀ ਫਰਜ਼ ਸਮਝਦੇ ਹੋਏ ਇੱਥੇ ਜਿਹੜੀ ਆ ਉਹ ਸ਼ਮੂਲੀਅਤ। ਜੈਦਾਰ ਜੀ ਇੱਕ ਸਵਾਲ, ਖੱਟੜ ਜਿਹੜਾ ਖੱਟੜ ਨੇ ਜਦੋਂ ਕਿਸਾਨੀ ਅੰਦੋਲਨ ਚੱਲਿਆ ਉਦੋਂ ਸਾਨੂੰ ਰੋਕਿਆ, ਸਾਡੇ ਨੌਜਵਾਨਾਂ ਨੇ ਉੱਥੇ ਬੈਰੀਗੇਡ ਭੰਨ ਭੰਨ ਕੇ ਅੱਗੇ ਗਏ, ਉਹਨਾਂ ਦੇ ਉੱਥੇ ਉਹਨਾਂ ਨੇ ਮੌਤਾਂ ਹੋਈਆਂ ਉਹਨਾਂ ਦੀਆਂ, ਉਹ ਸ਼ਹੀਦੀਆਂ ਹੋਈਆਂ ਉਹਨਾਂ ਦੀਆਂ। ਮੁੜ ਕੇ ਖੱਟੜ ਨੇ ਕਰਨਾਲ ਦੇ ਵਿੱਚ ਇੱਕ ਗੁਰਦੁਆਰਾ, ਉੱਥੇ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ ਫੋਟੋ ਸੀ, ਉਹਨੇ ਉਤਾਰ ਦਿੱਤੀ। ਖੱਟੜ ਕਹਿੰਦਾ ਕਿ ਜਿੱਥੇ ਸੰਤਾਂ ਦੀ ਫੋਟੋ ਲੱਗੂ ਮੈਂ ਉਹ ਗੁਰੂ ਘਰ ਨਹੀਂ ਜਾਣਾ। ਫਿਰ ਆਪਾਂ ਕਿਉਂ ਜਾ ਕੇ ਉਹਨਾਂ ਦੇ ਮਤਲਬ ਪੈਰਾਂ ਦੇ ਵਿੱਚ ਬਹਿਣਾ, ਕਿਉਂ ਉਹਨਾਂ ਨਾਲ ਨੇੜਤਾ ਰੱਖਣੀ ਜਿਹੜੇ ਕੌਮ ਤੋਂ ਵਿਰੁੱਧ ਚੱਲਦੇ ਆ? ਆਪਾਂ ਉੱਧਰ ਦਾ ਕਿਉਂ ਚੱਲ ਰਿਹਾ ਕਿ ਜਿੱਧਰ ਜਿੱਧਰ ਦੀ ਹਵਾ ਉੱਧਰ ਨੂੰ ਕਿਉਂ ਜਾਂਦੇ ਆਪਾਂ? ਹਵਾ ਤੋਂ ਉਲਟ ਚੱਲਣਾ ਜੇ ਕੌਮ ਦੇ ਨਾਲ ਚੱਲਣਾ ਹੈ। ਜੋਸ਼ ਨੂੰ ਥੋੜ੍ਹਾ ਜਿਹਾ ਕੰਟਰੋਲ 'ਚ ਰੱਖ ਕੇ ਸਵਾਲ ਕਰੋ। ਮੇਰੇ ਕੋਲ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਆਇਆ, ਮੇਰੇ ਕੋਲ ਵੀ ਗੁਰਦੁਆਰੇ ਸੰਤ ਜਰਨੈਲ ਸਿੰਘ ਦੀ ਫੋਟੋ ਲੱਗੀ ਆ ਅਤੇ ਹੋਰ ਵੀ ਗੁਰਦੁਆਰਿਆਂ 'ਚ ਲੱਗੀ ਆ। ਉੱਥੇ ਕੀ ਗੱਲ ਹੋਈ ਆ ਇਹ ਉਹਨਾਂ ਦੇ ਨਾਲ ਤੁਸੀਂ ਗੱਲ ਕਰ ਸਕਦੇ ਹੋ, ਮੈਨੂੰ ਤਾਂ ਕਿਹਾ ਨਹੀਂ ਮੁੱਖ ਮੰਤਰੀ ਮਨੋਹਰ ਲਾਲ ਨੇ। ਅਸੀਂ ਤੁਹਾਨੂੰ ਸਵਾਲ ਤਾਂ ਕੀਤਾ, ਅਸੀਂ ਤੁਹਾਨੂੰ ਸਵਾਲ ਤਾਂ ਨੌਜਵਾਨਾਂ ਦੇ ਅੰਦਰ ਨਿਰਾਸ਼ਤਾ ਰਹੀ ਹੈ 2015 ਤੋਂ ਅੱਜ ਤੋਂ ਲੈ ਕੇ ਪੰਥ ਦੇ ਅੰਦਰ ਨਿਰਾਸ਼ਤਾ ਹੈ। ਉਹ ਨਿਰਾਸ਼ਤਾ ਕਿਉਂ? ਤੁਸੀਂ ਹੁਣ ਸਟੇਜ ਤੋਂ ਜਥੇਦਾਰ ਸਾਹਿਬ ਜੀ ਗੱਲ ਕੀਤੀ ਹੈ ਵੀ ਜਿਹੜਾ ਉੱਥੇ 750 ਕਿਸਾਨ ਮਰਿਆ ਉਹ ਗਲਤ ਹੋਇਆ, ਉਹ ਮਾਰਿਆ ਕਿੰਨੇ? ਮੋਦੀ ਸਰਕਾਰ ਨੇ ਮਾਰਿਆ, ਬੀਜੇਪੀ ਸਰਕਾਰ ਨੇ ਮਾਰਿਆ, ਉਹਨਾਂ ਨੇ ਮਾਰਿਆ। ਆ ਜਿਹੜੀ ਮੰਗ ਹੈ ਇੱਥੇ ਕਿਹਦੇ ਕੋਲ ਕੀਤੀ ਜਾ ਰਹੀ? ਸਰਕਾਰ ਤੋਂ ਹੀ ਕੀਤੀ ਜਾ ਰਹੀ ਨਾ ਜੀ, ਆਪਾਂ ਸਰਕਾਰ ਤੋਂ ਹੀ ਮੰਗ ਕਰ ਰਹੇ ਹਾਂ। ਪਹਿਲਾਂ ਸਰਕਾਰ ਨੇ ਸਾਡੇ ਕੁਝ ਰਿਹਾ ਕੀਤੇ ਆ, ਹੁਣ ਵੀ ਉਹ ਰਿਹਾ ਕਰਨਗੇ। ਪਹਿਲਾਂ ਸਰਕਾਰ ਨੇ ਸਾਡੇ ਜੇਲ੍ਹ ਤਬਦੀਲੀਆਂ ਕੀਤੀਆਂ ਸੀ, ਉਹਨਾਂ ਅੱਗੇ ਮੰਗ ਰੱਖਣੀ ਆ। ਜੇ ਅਸੀਂ ਮੰਗ ਵਿੱਚ ਮੋਰਚਾ ਵੀ ਲਾਇਆ ਤਾਂ ਜਿਹੜੀ ਸਰਕਾਰ ਹੈ, ਚਾਹੇ ਪੰਜਾਬ ਸਰਕਾਰ ਚਾਹੇ ਕੇਂਦਰ ਸਰਕਾਰ ਆ, ਉਹਨਾਂ ਨੇ ਹੀ ਰਿਹਾ ਕਰਨਾ। ਉਹਨਾਂ ਅੱਗੇ ਹੀ ਮੰਗ ਰੱਖੀ ਆ ਵੀ ਮੰਗ ਆ ਇੱਕ ਅਤੇ ਮੰਗ ਜਿਹੜੀ ਆ ਉਹ ਮੰਗ ਉਹਨਾਂ ਦੇ ਅੱਗੇ ਰੱਖਣੀ, ਰਿਹਾ ਉਹਨਾਂ ਨੇ ਕਰਨਾ। ਕੋਈ ਲਿਖਤੀ ਤੌਰ 'ਤੇ ਕਰਦਾ, ਕਿਤੇ ਮੋਰਚਾ ਧਰਨਾ ਮੁਜ਼ਾਹਰਾ ਕਿਤੇ ਮਾਰਚ ਕੱਢ ਕੇ ਕੀਤਾ ਜਾਂਦਾ। ਸੰਗਤ ਨਹੀਂ ਆ ਤੁਸੀਂ।